ਕੌਮੀ ਸਿਹਤ ਅਥਾਰਟੀ ਨੇ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸਰਵਿਸਿਜ਼ ਦੇ ਮਾਧਿਅਮ ਨਾਲ OPD ਰਜਿਸਟ੍ਰੇਸ਼ਨ ਲਈ 3 ਕਰੋੜ ਤੋਂ ਵੱਧ ਟੋਕਨ ਦੇ ਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ ਸੇਵਾ ਰਾਹੀਂ OPD ਰਜਿਸਟ੍ਰੇਸ਼ਨ 카운ਟਰ ਤੇ QR ਕੋਡ ਨੂੰ ਸਕੈਨ ਕਰਕੇ ਆਸਾਨੀ ਨਾਲ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਇਸ ਵੇਲੇ ਦੇਸ਼ ਦੇ 35 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 5435 ਤੋਂ ਵੱਧ ਸਿਹਤ ਸਹੂਲਤਾਂ ਦੀ ਇਹ ਸੇਵਾ ਚੱਲ ਰਹੀ ਹੈ ਮੰਤਰਾਲੇ ਨੇ ਆਖਿਆ ਕਿ ਡਿਜੀਟਲ ਸੇਵਾ ਨਾਲ ਕਾਗਜ਼ੀ ਕਾਰਵਾਈ ਖਤਮ ਹੋਈਏ ਤੇ ਇੰਤਜ਼ਾਰ ਦਾ ਸਮਾਂ ਵੀ ਘੱਟ ਹੋ ਗਿਆ ਹੈ ਇਸ ਸੇਵਾ ਦੇ ਤਹਿਤ ਚਪਤੂਆ 93 ਲੱਖ ਟੋਕਨ ਉੱਤਰ ਪ੍ਰਦੇਸ਼ ਨੇ ਜਾਰੀ ਕੀਤੇ ਨੇ ਇਹ ਸੇਵਾ ਅਕਤੂਬਰ 2022 ਚ ਆਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਸ਼ੁਰੂ ਕੀਤੀ ਗਈ ਸੀ